ਅਸੀਂ ਆਹੀ ਚੀਜ਼ ਦੇਖਣ ਆਇਆ ਵੀ ਇੱਥੇ ਕਿਸ ਚੀਜ਼ ਦੀ ਕਮੀ ਹੈ। ਕੋਈ ਡਾਕਟਰਾਂ ਦੀ ਕਮੀ ਆ, ਕੋਈ ਸਵੀਪਰਾਂ ਦੀ ਕਮੀ ਆ, ਕੋਈ ਨਰਸਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੀ ਕਮੀ ਆ, ਕੋਈ ਮੈਡੀਸਨ ਦੀ ਕਮੀ ਆ, ਉਹ ਸਾਰੀ ਅਸੀਂ ਕੱਲੀ ਕੱਲੀ ਚੀਜ਼ ਜਿਹੜੀ ਨੋਟ ਕਰ ਰਹੇ ਹਾਂ। ਮੇਰੇ ਨਾਲ ਅਫਸਰ ਸਾਹਿਬਾਨ ਆਏ ਨੇ, ਉਹ ਹਰ ਇੱਕ ਚੀਜ਼ ਨੋਟ ਕਰ ਰਹੇ ਹਾਂ ਕੱਲੀ ਕੱਲੀ ਚੀਜ਼, ਉਸ ਦਾ ਸਲਿਊਸ਼ਨ ਫਿਰ ਅਸੀਂ ਬੈਠ ਕੇ ਉਹਦਾ ਸਲਿਊਸ਼ਨ ਕੱਢਾਂਗੇ, ਅਸੀਂ ਕਿਵੇਂ ਇਹ ਮਸਲੇ ਨੂੰ ਹੱਲ ਕੀਤਾ ਜਾ ਸਕਦਾ। ਜੇ ਤੁਸੀਂ ਕਹੋ ਕੋਈ ਡਾਕਟਰ ਮਹੀਨੇ 20 ਦਿਨਾਂ 'ਚ, ਕੋਈ ਡਾਕਟਰ ਨਹੀਂ ਬਣਦਾ, ਡਾਕਟਰ ਬਣਨ ਵਾਸਤੇ ਕਈ ਸਾਲ ਲੱਗ ਜਾਂਦੇ ਨੇ। ਸੋ ਜੇ ਅਸੀਂ ਅੱਜ ਵੀ ਸ਼ੁਰੂ ਕਰੀਏ ਤਾਂ ਵੀ ਸਾਨੂੰ ਕਿੰਨੇ ਸਾਲ। ਸੋ ਅਸੀਂ ਚਾਹੁੰਦੇ ਹਾਂ ਜਿੰਨੇ ਸਾਡੇ ਨਰਸਾਂ ਨੇ, ਸਾਡੇ ਡਾਕਟਰ ਨੇ, ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ, ਉਹਨਾਂ ਨਾਲ ਅਸੀਂ ਦੁਰਵਿਵਹਾਰ भगवंत मान के वजीरे सेहत चेतन सिंह जोड़ा माजरा ने आज अमृतसर के सिविल अस्पताल का मुआयना किया। इस दौरान अस्पताल में काफी खामियां सामने आईं। हेल्थ मिनिस्टर ने सुधार करने की बात कही, साथ ही स्टाफ की कमी को भी जल्दी ही पूरा करने की बात कही। ਨਾ ਕਰੀਏ ਉਹਨਾਂ ਉਹ ਕੰਮ ਕਰਦੇ ਨੇ, ਤੁਸੀਂ ਹੁਣ ਅੱਜ ਮੇਰੇ ਮਗਰ 100 ਪ੍ਰੈਸ ਵਾਲਾ ਹੋਦਾ, ਮੈਨੂੰ ਵੀ ਕੁਦਰਤੀ ਉਹ ਗੁੱਸਾ ਆਉਣਾ। ਸੋ ਇਸ ਕਰਕੇ ਕੰਮ ਹੈ, ਜਦੋਂ ਕੰਮ ਦਾ ਪ੍ਰੈਸ਼ਰ ਹੋ ਜਾਂਦਾ ਡਾਕਟਰ ਵੀ ਕਈ ਵਾਰੀ ਗੁੱਸਾ ਕਰਦੇ, ਕਈ ਵਾਰੀ ਭੈਣਾਂ ਸਾਡੀਆਂ ਉਹ ਵੀ ਉਹ ਕਰ ਜਾਂਦੇ, ਉਹਨੂੰ ਅਸੀਂ ਇਹ ਨਾ ਲਈ ਪਤਾ ਨਹੀਂ ਕੀ ਕਰਤਾ। ਸੋ ਅਸੀਂ ਸਾਡੇ ਸਤਿਕਾਰ ਜੋ ਸਾਡੇ ਮਰੀਜ਼ ਵੀ ਸਾਡੇ ਆਪਦੇ ਆ, ਸਾਡੇ ਜਿਹੜੇ ਮਰੀਜ਼ ਦੇ ਨਾਲ ਆਏ ਆ ਉਹ ਵੀ ਸਾਡੇ ਆਪਦੇ ਆ, ਡਾਕਟਰ ਵੀ ਸਾਡੇ ਆਪਦੇ ਆ, ਫਿਰ ਇਹ ਇੱਕ ਟੀਮ ਹੈ। ਟੀਮ ਨੂੰ ਜੇ ਅਸੀਂ ਕੋਈ ਗਲਤ ਫਲਤ ਬੋਲਾਂ ਉਹ ਤਾਂ ਚੰਗਾ ਨਹੀਂ। ਸੋ ਅਸੀਂ ਟੀਮ ਵਰਕ ਦੇ ਤੌਰ 'ਤੇ, ਜੇ ਮੈਂ ਹੈਲਥ ਮਿਨਿਸਟਰ ਹਾਂ ਮੈਂ ਕਿਹੜਾ ਆਪਰੇਸ਼ਨ ਕਰਨੇ, ਕਿਉਂ ਮੈਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਮੈਂ ਉਹਨੂੰ ਸਲੀਕੇ ਨਾਲ ਨਿਭਾਉਣਾ ਚਾਹੁੰਦਾ, ਮੈਂ ਲੋਕਾਂ 'ਚ ਜਾ ਕੇ ਦੇਖਣਾ ਚਾਹੁੰਦਾ, ਪਰ ਉਹਦੇ ਵਿੱਚ ਤੁਹਾਡੇ ਕੋਆਪਰੇਸ਼ਨ ਦੀ ਲੋੜ ਹੈ। ਤੁਸੀਂ ਜੇ ਕਿਤੇ ਮੈਨੂੰ 10 ਮਿੰਟ ਦੇ ਦਿਓ, ਮੈਂ ਸਾਰਾ ਹੋਸਪਿਟਲ ਵਿਜ਼ਿਟ ਕਰਕੇ ਤੁਸੀਂ ਮੈਨੂੰ ਜੋ ਮਰਜ਼ੀ ਪੁੱਛੀ ਜਾਏ। ਸੋ ਇਸ ਕਰਕੇ ਮੇਰੀ ਬੇਨਤੀ ਆ ਜੀ, ਮੈਨੂੰ ਤੁਸੀਂ 10 ਮਿੰਟ ਦੇ ਦਿਓ, ਬਾਅਦ 'ਚ ਜਿੰਨੇ ਮਰਜ਼ੀ ਸਵਾਲ। ਸਰ ਮੰਤਰੀ ਸਾਹਿਬ ਇੱਕ ਸਵਾਲ ਲਓ ਜੀ, ਦੇਸ਼ ਦੀ ਪਹਿਲੀ ਜਨ ਔਸ਼ਧੀ ਅੰਮ੍ਰਿਤਸਰ ਸਿਵਲ ਹਸਪੀਟਲ ਦੇ ਵਿੱਚ ਹੈ। ਓਕੇ, ਇਸ ਤੇ ਇੱਕ ਸਾਲ ਤੋਂ ਬੰਦ ਹੋ। ਠੀਕ ਹੈ, ਉਸ ਸਮੇਂ ਤੱਕ ਖੁੱਲਣ ਦੀ ਸਰ ਸਰ ਦੇਖੋ ਮੇਰੀ ਕੋਸ਼ਿਸ਼ ਹੈ, ਜੋ ਵੀ ਕੋਈ ਕਿਸੇ ਦੇ ਕੋਈ ਇੱਦਾਂ ਦੇ ਹੈਗਾ ਜੋ ਜੋ ਮੇਰੇ ਧਿਆਨ 'ਚ ਆ ਰਿਹਾ, ਉਸ 'ਤੇ ਜਿੱਦਾਂ ਦੀ ਵੀ ਹੈਗਾ ਅਫਸਰ ਸਾਹਿਬਾਨ ਨਾਲ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਸਲਾਹ ਮਸ਼ਵਰਾ ਕਰਕੇ ਉਹਨੂੰ ਜਲਦੀ ਪਟੜੀ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਹੈ। ਜਿਹੜੇ ਦਵਾਈਆਂ ਪਰਚੀ ਦੇ ਉੱਪਰ ਲਿਖੀਆਂ ਜਾਂਦੀਆਂ ਅੰਦਰੋਂ ਘੱਟ ਮਿਲਦੀਆਂ, ਬਾਹਰੋਂ ਜ਼ਿਆਦਾ ਮਿਲਦੀਆਂ ਜੀ? ਦੇਖੋ ਜਿੰਨੀ ਸਾਡੇ ਲਈ ਮੈਡੀਸਨ ਹੈਗੀ ਆ, ਹੁਣ ਮੈਡੀਸਨ ਇਹ ਨਹੀਂ ਹੈ ਵੀ ਅੱਜ ਔਡਰ ਦਿੱਤਾ ਦੂਜੇ ਦਿਨ ਮੈਡੀਸਨ ਆ ਗਈ। ਮੈਡੀਸਨ ਜੇ ਅੱਜ ਔਡਰ ਕਰੀਏ ਤਾਂ ਵੀ ਉਹਦਾ 6-7 ਹਫ਼ਤਿਆਂ ਦਾ ਜਿਹੜਾ ਪ੍ਰੋਸੈਸ ਹੈ, ਇੱਕ ਉਹਦੇ ਵਿੱਚ ਦੀ ਉਹਨੇ ਗੁਜ਼ਰਨਾ, ਜੋ ਸਿਸਟਮ ਹੈ ਉਹਦੇ ਵਿੱਚ ਦੀ ਗੁਜ਼ਰਨਾ। ਸੋ ਇਸ ਕਰਕੇ